ਆਪਣਾ ਪੰਜਾਬ ਆਪਣਾ ਪਿੰਡ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਆ, ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ ਹੋਣ, ਲੱਖ ਲੱਖ ਵਧਾਈਆਂ ਹੋਣ ਜੀ। ਅਤੇ ਅੱਜ ਮੈਂ ਚੱਲਿਆ ਪ੍ਰਭਾਤ ਫੇਰੀ 'ਤੇ, ਸਾਡੇ ਪਿੰਡ ਲਾਸਟ ਪ੍ਰਭਾਤ ਫੇਰੀ ਆ, ਪੰਜ ਪ੍ਰਭਾਤ ਫੇਰੀਆਂ ਨਿਕਲਦੀਆਂ ਹੁੰਦੀਆਂ ਨੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ 'ਤੇ। ਪਿਛਲੇ 4-5 ਦਿਨ ਤੋਂ ਫੁੱਲ ਰੌਣਕਾਂ ਭਾਵੀਆਂ ਵਿੱਚ, ਅਤੇ ਅੱਜ ਦਾ ਵੀਡੀਓ ਮੈਂ ਤੁਹਾਡੇ ਨਾਲ ਸਾਰਿਆਂ ਨਾਲ ਸ਼ੇਅਰ ਕਰੂੰਗਾ, ਪਰ ਸ਼ਾਇਦ ਵੀਡੀਓ 1-2 ਦਿਨ ਲੇਟ ਆਊਗਾ ਪ੍ਰਕਾਸ਼ ਪੁਰਬ ਤੋਂ 1-2 ਦਿਨ ਬਾਅਦ 'ਚ, ਕਿਉਂਕਿ ਟਾਈਮ ਲੱਗ ਜਾਣਾ ਥੋੜ੍ਹਾ ਜਿਹਾ ਵੀਡੀਓ ਨੂੰ ਐਡਿਟ ਵਗੈਰਾ ਕਰਨ ਦਾ। ਅਤੇ ਬਣੇ ਰਹੋ ਮੇਰੇ ਨਾਲ, ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਿਓ। ਮੈਂ ਪਹੁੰਚ ਗਿਆ ਗੁਰਦੁਆਰਾ ਸਾਹਿਬ ਦੇ ਮੋੜ 'ਤੇ, ਇੱਥੇ ਬਹੁਤ ਸੰਗਤ ਇੱਥੇ ਹੀ ਖੜ੍ਹੀ ਹੁੰਦੀ ਹੈ। ਗੁਰਦੁਆਰਾ ਸਾਹਿਬ ਤੋਂ ਪ੍ਰਭਾਤ ਫੇਰੀ ਨੇ ਆਉਣਾ, ਅਤੇ ਇੱਥੋਂ ਸਭ ਨੇ ਨਾਲ ਰਲ ਜਾਣਾ। ਮੈਂ ਵੀ ਇੱਥੇ ਖੜ੍ਹਾ, ਹਨੇਰੇ 'ਚ ਤੁਹਾਨੂੰ ਕੁਛ ਦੇਖ ਨਹੀਂ ਰਿਹਾ ਹੋਣਾ ਮੇਰੇ ਖਿਆਲ 'ਚ, ਤਾਂ ਲੋਕਾਂ ਨੇ ਘਰ ਸਜਾਏ ਹੋਏ ਨੇ, ਘਰਾਂ 'ਤੇ ਬਲਬੀਆਂ ਲਗਾਈਆਂ ਗਈਆਂ ਨੇ, ਲੜੀਆਂ ਲਗਾਈਆਂ ਗਈਆਂ ਨੇ, ਕਈਆਂ ਨੇ ਦੀਪੇ ਵਾਲੇ ਨੇ ਗੁਰਪੁਰਬ ਕਰਕੇ। ਬਾਪੂ ਚੋਪੜਾ ਕਾਲਾ ਸਿੰਘ, ਕਿਆ ਹਾਲ ਆ ਬਾਈ, ਪਹੁੰਚ ਗਏ ਫਿਰ ਟਾਈਮ 'ਤੇ? ਹਾਂਜੀ ਹਾਂ, ਵਧੀਆ ਵਧੀਆ। ਹੋਰ ਬਾਈ, ਹੋਰ ਪਹੁੰਚ ਗਏ? ਮੈਂ ਠੀਕ, ਹੋਰ ਠੀਕ ਆ, ਸਭ ਠੀਕ ਠਾਕ। ਚਲੋ ਫਿਰ ਹਜੇ ਪਿੱਛੇ ਲੰਗਰ ਚੱਲਦਾ, ਉੱਥੇ ਰੋਕ ਗਈ ਪ੍ਰਭਾਤ ਫੇਰੀ ਥੋੜ੍ਹਾ, ਇੱਥੇ ਨਿੰਦੇ ਉਹਨਾਂ ਦੇ ਘਰ ਕੋਲ। ਅੱਛਾ, 6 ਲੰਗਰ ਨੇ ਕਹਿੰਦੇ ਅੱਜ, ਬੱਲੇ ਬੱਲੇ ਜਲੇਬੀ, ਹੋਰ ਜਲੇਬੀਆਂ, ਪਕੌੜੇ, ਸੇਬ, ਕੇਲੇ, ਸਾਰਾ ਕੁਛ ਚੱਲੂ, ਪੈਟੀਆਂ ਪੂਟੀਆਂ। ਅੱਛਾ, ਜਨਮ ਦਿਨ ਆ ਫਿਰ ਅੱਜ ਚੱਲਣੀ ਚਾਹੀਦੀ, ਵਧੀਆ ਨਾ, ਵਧੀਆ ਵਧੀਆ। ਵੈਸੇ ਵੀ ਅੱਜ ਗੁਰਪੁਰਬ ਨਾ ਬਾਬਾ ਜੀ ਦਾ। ਹੁਣ ਅਸੀਂ ਰੋਕਾਂਗੇ ਇੱਥੇ, ਚਾਹ ਤਾਂ ਲੰਗਰ ਆ ਅਤੇ ਨਾਲ ਜਲੇਬੀਆਂ ਨੇ ਗਰਮਾ ਗਰਮ। ਹੋਰ ਭਾਈ, ਕਿਆ ਹਾਲ ਆ? ਅੰਮਾ ਬਾਈ, ਜਲੇਬੀਆਂ ਬੱਲੇ ਬੱਲੇ, ਚਾਹ ਨਾਲ ਜਲੇਬੀਆਂ, ਜਲੇਬੀ ਜਲੇਬੀ ਚਾਚੇ ਨੂੰ ਜ਼ਰੂਰ ਗਰਮਾ ਗਰਮ ਜਲੇਬੀ ਬਣਾਉਂਦੇ ਹੋਏ ਇੱਧਰ, ਇੱਧਰ ਲੱਗੇ ਹੋਏ ਨੇ ਹਲਵਾਈ, ਨਾਲ ਦੀ ਨਾਲ ਕੱਢ ਰਹੇ ਨੇ, ਨਾਲ ਦੀ ਨਾਲ ਇੱਧਰ ਵਰਤਾਉਣਾ ਸ਼ੁਰੂ ਕਰ ਦੇਣਾ ਬਸ। ਹਾਂ, ਖੜ੍ਹੇ ਨੇ ਮੁੰਡੇ, ਤਿਆਰ ਨੇ। ਹੁਣ ਚੱਲਣਾ ਪੈਟੀਆਂ ਦਾ ਲੰਗਰ, ਆਹ ਪਿੰਡ ਦੇ ਮੁੰਡੇ ਸੇਵਾ ਕਰ ਰਹੇ ਆ, ਇੱਥੇ ਲੰਗਰ ਵਰਤਾਉਣ ਲਈ ਖੜ੍ਹੇ ਨੇ। ਪਿੰਡ ਵਾਲੇ ਗੁਰਦੁਆਰਾ ਸਾਹਿਬ, ਸਾਡੇ ਪੈਟੀ
ਸਿੰਘ ਉਹਨੂੰ ਸਿੰਘ ਤੇ ਕਾਲਾ ਬਾਈ ਪੱਪੂ ਚੋਪੜਾ ਪੈਟੀਆਂ ਖਾਂਦੇ ਹੋਏ ਤਾਂ ਮਨਦੀਪ ਖੜਾ ਇੱਧਰ ਔਰ ਗਗਨ ਜੰਟਾ ਪਕੌੜਿਆਂ ਦਾ ਲੰਗਰ ਲੰਗਰ ਅਤੇ ਲੰਗਰ ਅੱਜ ਲਗਭਗ ਮੇਰੇ ਖਿਆਲ 'ਚ ਇਹ ਪੰਜਵਾਂ ਛੇਵਾਂ ਲੰਗਰ ਆ ਸੰਗਤ ਫੁੱਲ ਮਤਲਬ ਪਹਿਲਾਂ ਹੀ ਰੱਜੀ ਪਈ ਆ ਬਹੁਤ ਔਖਾ ਹੋ ਜਾਣਾ ਹੁਣ ਤਾਂ ਸੰਗਤ ਤਾਂ ਮੇਰੇ ਹਿਸਾਬ ਨਾਲ ਖਰਾਬ ਹੀ ਨਹੀਂ ਹੋਣੇ ਪਕੌੜੇ ਪਹਿਲਾਂ ਹੀ ਬਹੁਤ ਰੱਜ ਚੁੱਕੇ ਆ ਪਿੱਛੇ ਹੀ ਜੰਟਾ ਸਿੰਘ ਚਾਹ ਦੀ ਸੇਵਾ ਕਰਦਾ ਹੋਇਆ ਪਿੰਡ ਦੇ ਨਿਆਣੇ ਬੰਬ ਚਲਾਉਂਦੇ ਹੋਏ ਇਹਨਾਂ ਨੂੰ ਦੇਖ ਕੇ ਇੱਦਾਂ ਜੀ ਕਰਦਾ ਹੁੰਦਾ ਮਤਲਬ ਵੀ ਫਿਰ ਤੋਂ ਅਸੀਂ ਛੋਟੇ ਹੋ ਜਾਈਏ ਸਾਡਾ ਬਚਪਨ ਫਿਰ ਤੋਂ ਵਾਪਸ ਆ ਜਾਵੇ ਪਰ ਜਿਹੜਾ ਲੰਘਿਆ ਸਮਾਂ ਉਹ ਕਦੇ ਵੀ ਆਉਂਦਾ ਨਹੀਂ ਸਮਾਂ ਬਹੁਤ ਕੀਮਤੀ ਹੁੰਦਾ ਇਹਨੂੰ ਕਦੇ ਵੀ ਬਰਬਾਦ ਨਾ ਕਰੋ ਹੁਣ ਸ਼ਗਨ ਢੱਡਾ ਹੱਥ 'ਚ ਫੜ ਕੇ ਕੜਕ ਚਲਾਉਣ ਲੱਗਿਆ ਅੱਜ ਕੱਲ੍ਹ ਨਿਆਣੇ ਡਰਦੇ ਨਹੀਂ ਬਈ ਮੈਂ ਤਾਂ ਕਦੇ ਹੱਥ 'ਚ ਫੜ ਕੇ ਚਲਾਈ ਨਹੀਂ ਸੀ ਤਾਂ ਬੋਤਲ 'ਚ ਰੱਖ ਕੇ ਚਲਾਉਂਦੇ ਹੁੰਦੇ ਤੇ ਮੈਨੂੰ ਲੱਗਦਾ ਚੱਲਣੀ ਨਹੀਂ Yeah.
ਚੱਲ ਫਿਰ ਅਗਲਾ ਵੀਡੀਓ ਇੱਥੇ ਤੱਕ ਮਿਲਦੇ ਹਾਂ ਇੱਕ ਨਵੀਂ ਵੀਡੀਓ ਵਿੱਚ।